ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਆ ਜਿਹੜੀ ਆਪਾਂ ਥੋੜ੍ਹਾ ਜਿਹਾ ਟਾਈਮ ਦਾ ਵੱਖ ਵੱਖ ਪੈ ਗਿਆ ਇਸ ਕਰਕੇ ਵੀ ਥੋੜ੍ਹਾ ਜਿਹਾ ਕੰਮ ਕਾਰਜ ਬਿਜ਼ੀ ਹੋ ਗਏ ਸੀਗੇ ਅਤੇ ਅੱਜ ਦੀ ਵੀਡੀਓ ਆਪਾਂ ਨਾਭੇ ਤੋਂ ਸਟਾਰਟ ਕਰਕੇ ਸੂਲਰ ਦੇ ਘਰਾਟਾਂ ਤੱਕ ਲੈ ਕੇ ਜਾਵਾਂਗੇ। ਚੱਲ ਵੀ ਸੱਜਣਾ ਚੜੀਏ ਚੜ੍ਹਾਈਆਂ ਪਾਈਏ ਚਾਲੇ। ਹਲ ਚੱਕੀ ਫਿਰਦੇ ਆ ਬਾਈ ਹੁਣੀ ਪਲਟਾਵਾਂ ਵੀਰ ਓਏ ਧਰਤੀ ਪਲਟਣਗੇ ਧਰਤੀ। ਯੋਧੇ ਮੈਦਾਨ ਦੇ ਵਿੱਚ ਡਟੇ ਹੋਏ ਹੌਸਲੇ ਪੂਰੇ ਬੁਲੰਦ ਟੋਲ ਨਾਕਿਆਂ 'ਤੇ ਬੈਰੀਗੇਟ ਲਾ ਕੇ ਪੂਰਾ ਜਾਮ ਕਰਿਆ ਹੋਇਆ ਅਤੇ ਆਮ ਜਨਤਾ ਨੂੰ ਲੰਘਣ ਵਾਸਤੇ ਕੋਈ ਪਰੇਸ਼ਾਨੀ ਨਹੀਂ ਪਰ ਟੋਲ ਟੈਕਸ ਟੋਟਲੀ ਬੰਦ ਨੇ ਜੀ। ਭਵਾਨੀ ਗੜ੍ਹ ਪਹੁੰਚ ਗਏ ਜੀ। ਭਵਾਨੀ ਗੜ੍ਹ ਕੈਂਚੀਆਂ ਜਿਹੜੀਆਂ ਭਵਾਨੀ ਗੜ੍ਹ ਦੀਆਂ ਵੱਜਦੀਆਂ ਨੇ ਉੱਥੇ ਆਪਾਂ ਪਹੁੰਚ ਚੁੱਕੇ ਹਾਂ। ਇੱਧਰੋਂ ਇਹ ਰੋਡ ਆਉਂਦਾ ਸੰਗਰੂਰ ਵੱਲੋਂ ਅਤੇ ਇੱਧਰ ਜਾ ਰਿਹਾ ਆਪਣਾ ਪਟਿਆਲੇ ਵੱਲ। ਸੋ ਥੱਲਿਓਂ ਦੀ ਲੰਘ ਕੇ ਆਪਾਂ ਹੁਣ ਚੜ੍ਹ ਚੱਲੇ ਮੇਨ ਰੋਡ 'ਤੇ। ਇਹ ਸੜਕ ਨੂੰ ਬੰਬਾਂ ਵਾਲੀ ਸੜਕ ਵੀ ਕਿਹਾ ਜਾਂਦਾ ਜੀ। ਉਹ ਵੀ ਸੱਜਣੋ ਪਹੁੰਚ ਗਏ ਆਪਾਂ ਢੋਡੇ। ਹੁਣ ਤੁਸੀਂ ਕਹੇਗੇ ਢੋਡੇ ਕਿੱਥੇ ਆ ਗਿਆ ਵਿੱਚੋਂ। ਢੋਡੇ ਭਵਾਨੀਗੜ੍ਹ ਦਾ ਹੀ ਪੁਰਾਣਾ ਨਾਂ ਆ। ਜ਼ਿਲ੍ਹਾ ਸੰਗਰੂਰ ਹੈ ਜੀ ਇਹ ਕਸਬੇ ਦਾ ਅਤੇ ਸੰਗਰੂਰ ਤੋਂ ਪਟਿਆਲਾ ਚੰਡੀਗੜ੍ਹ ਨੂੰ ਜਿਹੜਾ ਮੇਨ ਰੋਡ ਜਾਂਦਾ ਬਠਿੰਡੇ ਤੋਂ ਚੱਲ ਕੇ ਉਹ ਪਿੱਛੋਂ ਇਹ ਉਹਦੇ ਉੱਤੇ ਸਥਿਤ ਆ। ਦੇਖੀ ਦੇਖੀ ਮੇਰਾ ਵੀਰ ਢੋਡਿਆਂ ਵਾਲਿਆ ਮੁੜ ਜਾਣ ਦੇ ਮੁੜ ਜਾਣ ਦੇ ਆਪਾਂ ਮੁੜਨਾ ਭਵਾਨੀਗੜ੍ਹ ਕਲਾਂ ਨੂੰ ਅੱਗੇ ਕਿੱਥੇ ਗਾ ਰੋਡ ਵੀਰ ਮਾਰਗੌਰ ਆ ਗਿਆ ਰਸਤਾ ਇਹ ਜਾਂਦਾ ਜੀ। ਸੋਰੀ ਆਪਣੀ ਕੀ ਆ ਉਹ ਕਿਹੜਾ ਪਿੰਡ ਆ ਯਾਰ ਉਹ ਬੋਲ ਮਾੜਾ ਜਿਹਾ ਪੱਟੀ ਵਾਲ ਕਲਾਂ ਪੱਟੀ ਵਾਲ ਕਲਾਂ ਨਹਿਰ 'ਤੇ ਜਾ ਕੇ ਚੜ੍ਹ ਜਾਣਾ ਬਾਈ ਹੁਣੀ ਮਸ਼ੀਨਾਂ ਪਾਈ ਜਾਂਦੇ ਆ ਕਣਕ ਦੀ ਬਿਜਾਈ ਚੱਲ ਰਹੀ ਆ ਮਾਰੋ ਮਾਰ। ਤੋਬਾ ਤੋਬਾ ਬਾਈ ਝੀਲ ਦੀ ਪੂਰੀ ਯਾਦ ਦਵਾਉਂਦਾ ਝੀਲਾਂ ਝੀਲਾਂ ਹੋਈ ਪਈ ਆ। ਦਿਨ ਚੱਲਦੇ ਨੇ ਕਣਕ ਦੀ ਬਿਜਾਈ ਦੇ ਇਸੇ ਕਰਕੇ ਰੋਡ ਦੇ ਉੱਤੇ ਆਮ ਕਰਕੇ ਸੰਦ ਫਿਰਦੇ ਦਿੰਦੇ ਨੇ ਤੁਹਾਨੂੰ ਟਰੈਕਟਰਾਂ ਦੇ ਮਗਰ ਪਾਏ ਹੋਏ। ਵਾਹੀ ਹੋ ਰਹੀ ਆ ਕਿਸੇ ਪਾਸੇ ਰੋਟਾ ਬੀਟਰ ਫਿਰ ਰਿਹਾ ਕਿਸੇ ਪਾਸੇ ਬਾਈ ਆ ਵੱਟਾਂ ਪਾਈ ਜਾਂਦੇ ਨੇ ਵੀਰ ਹੁਣੀ ਕਣਕ ਬੀਜਦੀ ਵੱਟਾਂ ਪਾ ਰਹੇ ਆ। ਲੈ ਵੀ ਸੱਜਣਾ ਪਹੁੰਚ ਗਏ ਪੱਟੀ ਵਾਲ ਕਲਾਂ ਦੀ ਨਹਿਰ 'ਤੇ ਉਹ ਲੱਗਿਆ ਹੋਇਆ ਆਪਣਾ ਸੋਲਰ ਊਰਜਾ ਦਾ ਜਿਹੜਾ ਹੈਗਾ ਪਲਾਂਟ ਉੱਪਰੇ ਨੂੰ ਸਾਰੀ ਨਹਿਰ ਢਕੀ ਪਈ ਆ ਕਈ ਕਿਲੋਮੀਟਰ ਸੜਕ ਬਣ ਗਈ। ਵੈਸੇ ਪਹਿਲਾਂ ਇਹ ਕੱਚੀ ਪਟੜੀ ਹੁੰਦੀ ਸੀ ਕਿਉਂ ਗਰਦ ਗੁਰਦ ਪੈਂਦੀ ਆ ਆਪਣੀਆਂ ਪਲੇਟਾਂ 'ਤੇ ਇਸ ਕਰਕੇ ਇੱਥੇ ਹੁਣ ਸੜਕ ਵੀ ਬਣਾ ਦਿੱਤੀ। ਨਾਭੇ ਤੋਂ ਚੱਲ ਕੇ ਭਵਾਨੀਗੜ੍ਹ ਦੇ ਵਿੱਚੋਂ ਦੀ ਹੁੰਦੇ ਹੋਏ ਆਪਾਂ ਪਹੁੰਚ ਗਏ ਪੱਟੀ ਵਾਲ ਕਲਾਂ ਦੀ ਨਹਿਰ 'ਤੇ। ਇੱਥੇ ਪ੍ਰੋਜੈਕਟ ਲੱਗਿਆ ਹੋਇਆ ਸੂਰਜ ਊਰਜਾ ਪ੍ਰੋਜੈਕਟ ਬਹੁਤ ਵਧੀਆ। ਮੌਸਮ ਵੀ ਉਰੇ ਪੂਰਾ ਟੌਪ ਆ ਨਹਿਰਾਂ 'ਤੇ ਹੁੰਦੀ ਵੀ ਵੈਸੇ ਸ਼ਾਂਤੀ ਆ ਪੂਰੀ ਅਤੇ ਪੂਰੀ ਨਹਿਰ ਕਵਰ ਕਰੀ ਪਈ ਆ ਉਹ ਸਿਰੇ ਤੱਕ ਰੋਡ ਵੀ ਵਧੀਆ ਬਣ ਗਿਆ ਤਕੜੀ ਨਹਿਰ ਸਾਫ ਚੰਗੀ ਨਹਿਰੇ ਤੋਂ ਪੱਟੀ ਕਰਕੇ ਲੈ ਬਾਰਾਂ ਦੂਰਾਂ ਦੇ ਰਾਹੀਂ ਸਾਰਾ ਸਿਸਟਮ ਟੈਂਕ ਕਰਕੇ ਇਹਦੇ ਵਿੱਚ ਹੋਣਾ। ਮੌਸਮ ਕੀ ਕਹਿੰਦਾ ਮੌਸਮ ਵੀ ਘੈਂਟ ਆ ਅਰ ਕਾਹਨੂੰ ਕਹਿੰਦਾ ਜੀ ਲੱਗਦਾ ਯਾਰ ਉਰੇ ਦੇਖੀ ਪਰਾਂ ਹੀ ਹੋ ਜਾ ਅੱਗ ਬਣਾ ਹੀ ਆਉਂਦਾ ਬਾਈ। ਉਹ ਪੂਰਾ ਸਾਰਾ ਇਹ 3-4 ਕਿਲੋਮੀਟਰ ਦਾ ਏਰੀਆ ਕਵਰ ਕਰਿਆ ਹੋਇਆ ਇਹਨਾਂ ਨੇ ਇੱਦਾਂ ਆਪਦੇ ਪਿੱਲਰ ਬਣਾ ਕੇ ਨਹਿਰ ਦੇ ਵਿੱਚ ਫੇਰਾ ਬਣਾਇਆ ਹੋਇਆ ਦੇਖੋ ਸਿਸਟਮ। ਹੁਣ ਨਹਿਰ 'ਚ ਪਾਣੀ ਵੀ ਘੱਟ ਆ ਵੈਸੇ ਅਤੇ ਆਹ ਤਾਰਾਂ ਉੱਥੋਂ ਕਲੈਕਟ ਕਰਕੇ ਸਾਰੀ ਜਿੰਨੀ ਵੀ ਹੈਗੀ ਆ ਲਾਈਟ ਵਗੈਰਾ ਇਹ
ਥੱਲੇ ਦੱਬ ਦੁੱਬ ਗਿਆ ਉਹਦੇ ਵਿੱਚ ਪਾਈ ਹੋਈ ਆ ਲਿਜਾ ਕੇ। ਚੱਲ ਵੀ ਜੋ ਬਣਿਆ ਹੋ ਗਈ ਰੈਸਟ, ਚੱਲ ਚੱਲੀਏ ਫਿਰ ਹੁਣ। ਇੱਦਾਂ ਦੇ ਪ੍ਰੋਜੈਕਟਾਂ ਦੀ ਆਪਣੇ ਮੁਲਕ ਨੂੰ ਖਾਸ ਜ਼ਰੂਰਤ ਹੈ, ਜਦੋਂ ਕਿ ਹੁਣ ਦੁਨੀਆ ਸਾਰੀ ਉਹ ਵਾਤਾਵਰਨ ਦੇ, ਕਹਿਣ ਦਾ ਮਤਲਬ ਚੇਂਜ ਦੇ ਨਾਲ, ਵਾਤਾਵਰਨ ਦੇ ਬਦਲਾਓ ਦੇ ਨਾਲ ਜੂਝ ਰਹੀ ਹੈ। ਗੁਰੂ ਘਰ ਆ ਗਿਆ ਜੀ ਅੱਗੇ, ਪਿੰਡ ਘਨੌਰ, ਗੁਰਦੁਆਰਾ ਸਾਹਿਬ ਦਾ ਨਾਮ ਵੀ ਘਨੌਰ ਸਾਹਿਬ ਆ। ਨਹਿਰ ਦੇ ਉੱਪਰ ਸਥਿਤ ਆ, ਬਹੁਤ ਹੀ ਰਮਣੀਕ ਜਗ੍ਹਾ ਬਣੀ ਹੋਈ ਆ। ਸੋ ਆਓ ਆਪਾਂ ਨਾਲੇ ਤਾਂ ਚਾਹ ਪਾਣੀ ਛੱਕ ਕੇ ਆਵਾਂਗੇ ਅਤੇ ਨਾਲੇ ਦਰਸ਼ਨ ਮੇਲਾ ਕਰਕੇ ਆ ਜਾਂਦੇ। ਪਿੰਡ ਅਕਬਰਪੁਰ ਦੇ ਬਾਹਰ ਬਾਹਰ ਨਹਿਰ ਦੀ ਦੂਜੀ ਸਾਈਡ ਬਰੋਟਾ ਖੜਾ ਬਾਈ, ਘੱਟੋ ਘੱਟ ਜੇ ਜ਼ਿਆਦਾ ਨਹੀਂ ਤਾਂ 500 ਪਸ਼ੂ ਆ ਜਿਹੜਾ ਇਹਦੇ ਥੱਲੇ ਆਰਾਮ ਕਰ ਸਕਦਾ। ਬਰੋਟਾ ਕਾਹਦਾ ਸ਼ੈੱਡ ਆ ਜੀ, ਏਰੀਏ ਬਗਲੀ ਖੜਾ, ਬਹੁਤ ਸ਼ਾਨਦਾਰ ਦਰਖਤ ਆ ਬਾਈ, ਰੂਹ ਖੁਸ਼ ਹੋ ਗਈ ਦੇਖ ਕੇ, ਕਮਾਲ ਕਰੀ ਪਈ ਆ ਕੁਦਰਤ ਨੇ। ਇੱਦਾਂ ਦੇ ਦਰਖਤ ਬਾਈ ਸਾਹਮਣੇ ਚਾਹੀਦੇ ਆ, ਇਹ ਵਿਰਾਸਤਾਂ ਨੇ ਆਪਣੀਆਂ, ਸਦੀਆਂ ਦੇ ਲਈ ਖੜ੍ਹਨੇ ਵਾਲੇ ਦਰਖਤ ਨੇ। ਜਿਹੜੇ ਬੰਦੇ ਨੇ ਪਿੱਪਲ ਬਰੋਟੇ ਦੀ ਸ਼ਾਨ ਹੀ ਮਾਣੀ ਬਾਈ, ਉਹਨੇ ਬਾਈ ਬਸ ਕੁਛ ਵੀ ਨਹੀਂ ਦੇਖਿਆ, ਸਮਝ ਲਾ ਵੀ ਤੂੰ, ਉਹਨੇ ਕੋਈ ਠੰਡ ਏ ਸੀ ਉਸੀ ਫੇਲ ਆ, ਸਭ ਕੁਛ ਫੇਲ ਆ। ਮੁੰਡਾ ਕਰਕੇ ਪੜ੍ਹਾਈਆਂ ਸਾਈਕਲ 'ਤੇ ਚੱਲਿਆ, ਸਾਈਕਲ 'ਤੇ ਝੰਡਾ ਵੀ ਕਿਸਾਨੀ ਦਾ ਝੂਰ ਰਿਹਾ, ਰਗ ਰਗ ਦੇ ਵਿੱਚ ਵਸੀ ਹੋਈ ਕਿਸਾਨੀ। ਆਪਾਂ ਪਹੁੰਚ ਚੁੱਕੇ ਹਾਂ ਸੂਲਰ ਦੇ ਘਰਾਟਾਂ 'ਤੇ। ਘਰਾਟਾਂ ਦੇ ਨਾਲ ਤਾਂ ਇਹ ਮਸ਼ਹੂਰ ਆ ਪਿੰਡ, ਅਤੇ ਪਿੰਡ ਦਾ ਨਾਂ ਹੈ ਜੀ ਸੂਲਰ, ਠੀਕ ਹੈ ਜੀ। ਆਹ ਰੋਡ ਆਉਂਦਾ ਇੱਧਰੋਂ ਸੰਗਰੂਰ ਵੱਲੋਂ, ਇੱਧਰ ਜਾਂਦਾ ਇਹ ਪਿੱਛੇ ਨੂੰ ਦਿੜਵੇ ਵੱਲ ਨੂੰ ਜੀ। ਸੋ ਆਓ ਅੱਗੇ ਆਪਾਂ ਘਰਾਟਾਂ 'ਤੇ ਚੱਲਦੇ ਹਾਂ। ਸੂਲਰ ਜਿਹੜਾ ਪਿੰਡ ਆ, ਸੰਗਰੂਰ ਜ਼ਿਲ੍ਹੇ ਦਾ ਪਿੰਡ ਆ, ਤਹਿਸੀਲ ਇਹਦੀ ਸੁਨਾਮ ਆ। ਰਵਿੰਦਰ ਅਤੇ ਰਾਜੂ ਇਹ ਚੱਕੀ ਨੂੰ ਓਪਰੇਟ ਕਰਦੇ ਨੇ, ਬੰਦੇ ਬਹੁਤ ਹੀ ਸਫਾਈ ਨਾਲ ਕੰਮ ਕਰਦੇ ਨੇ। ਕਿਹੜਾ ਪਿੰਡ ਹੈ ਜੀ ਆਪਣਾ? ਸੂਲਰ ਆ ਜੀ, ਇਸੇ ਪਿੰਡ ਦਾ ਮੁੰਡਾ ਜੀ, ਅਤੇ ਇੱਥੇ ਜੋਬ ਕਰਦਾ। ਸਫਾਈ ਦਾ ਧਿਆਨ ਇੰਨਾ ਰੱਖਿਆ ਜਾਂਦਾ ਕਿ ਜੁੱਤੀ ਚੱਪਲ ਜੋ ਵੀ ਅੰਦਰ ਕਾਰੀਗਰ ਨੇ ਨਾ, ਚੱਪਲਾਂ ਵਗੈਰਾ ਜੁੱਤੀ ਜੋ ਵੀ ਸਮਝ ਲਓ ਵੀ ਬਾਹਰ ਕੱਢ ਕੇ ਜਾਂਦੇ ਆ, ਕਿਉਂ ਆਟਾ ਜਿਹੜਾ ਪੀਸਿਆ ਜਾਂਦਾ ਉਦੋਂ ਬਾਅਦ ਖੁੱਲ੍ਹਾ ਹੀ ਪਿਆ ਰਹਿੰਦਾ, ਖੁੱਲ੍ਹਾ ਆਟਾ ਰਹਿਣ ਕਰਕੇ ਇੱਥੋਂ ਹੀ ਚੱਕ ਕੇ ਫਿਰ ਇਹ ਛਾਣ ਕੇ ਦੁਬਾਰਾ ਪੈਕਿੰਗ ਕਰਦੇ ਆ, ਅਤੇ ਇਸ ਲਈ ਇੱਥੇ ਚੱਪਲ ਵਗੈਰਾ ਜੋ ਵੀ ਆ ਨਹੀਂ ਐਂਟਰ ਕਰਨਾ। ਜੁੱਤੀ ਖੋਲ੍ਹ ਕੇ ਅੰਦਰ ਵੜਨ ਦਿੰਦੇ ਨੇ ਵੀਰ, ਸਫਾਈ ਦੂਜਿਆਂ ਵਾਸਤੇ ਵੀ ਆਪ ਵੀ, ਆਪ ਵੀ ਚੱਪਲਾਂ ਬਾਹਰ ਪਈਆਂ ਨੇ। ਸੋ ਆ ਜਾਓ ਅੰਦਰੋਂ ਦੇਖਦੇ ਹਾਂ ਆਪਾਂ ਸਰ, ਦੇਖੋ ਜੀ ਫੁੱਟ ਘੁੰਮਦੇ ਪਾਣੀ ਨਾਲ, ਨੀਚੇ ਦੇ ਪਾਣੀ ਚੱਲਦਾ, ਪਾਣੀ ਨਾਲ ਟਰਬਾਈਨਾਂ ਘੁੰਮਦੀਆਂ ਨੇ, ਉਹਦੇ ਨਾਲ ਸਾਰੀਆਂ ਇਹ 5 ਚੱਕੀਆਂ ਨੇ ਟੋਟਲ। ਆਹ ਮੱਕੀ ਆ ਰਹੀ ਆ ਵਿੱਚ ਪੈ ਰਹੀ ਆ, ਉੱਪਰੋਂ ਮੱਕੀ ਦੀ ਪਿਹਾਈ ਚੱਲਦੀ ਹੈ, ਆ ਉੱਪਰ ਮੱਕੀ ਪਾਈ ਹੋਈ ਆ, ਪੁਰਾਣੇ ਢੰਗ ਨਾਲ ਜਿਹੜੀ ਪਿਹਾਈ ਹੁੰਦੀ।
ਦੇਸੀ ਢੰਗ ਨਾਲ ਖੁੱਲ੍ਹੀ ਵਿਆਹੀ ਹੋ ਕੇ ਆਟੇ ਦੀ ਆਪਾਂ ਆ ਕੇ ਤਾਫਲੇ ਵਗੈਰਾ ਦੇ ਵਿੱਚ ਪੱਥਰਾਂ ਦੇ ਵਿੱਚ ਪਾ ਕੇ ਇਹ ਆਟਾ ਜਿਹੜਾ ਛਾਣਿਆ ਜਾਂਦਾ ਆ ਚੱਲਦੀ ਆ ਛਾਣੀ ਨਿਕਲੀ ਸਾਈ ਇਸ ਤੋਂ ਬਾਅਦ ਫਿਰ ਇਹਦੀ ਆ ਜਿਹੜੀ ਪੈਕਿੰਗ ਵਗੈਰਾ ਉਹ ਕਰ ਬਾਈ ਜੀ ਹੁਣੀ ਵੀ ਆਟਾ ਵਿਹਾਉਣ ਆਏ ਨੇ ਯਾਰ ਪੀਹ ਪੀਹ ਕੇ ਆਟਾ ਬਾਈ ਸਟੋਰ ਕਰਿਆ ਪਿਆ ਸਾਰੀਆਂ ਥੈਲੀਆਂ ਬੰਨ ਕੇ ਦਸ ਦਸ ਕਿਲੋ ਦੀਆਂ ਮੱਕੀ ਦੇ ਆਟੇ ਦੀਆਂ ਅਤੇ ਪੂਰੇ ਏਰੀਏ ਦੇ ਵਿੱਚ ਸਪਲਾਈ ਹੋ ਜਾਣੀ ਆ ਸੋ ਨਾਲ ਦੀ ਨਾਲ ਕੰਡਾ ਰਾਜੂ ਹੁਣੀ ਸਾਰਾ ਕੰਮ ਇੱਥੇ ਹੱਥੀਂ ਕਰਦੇ ਆ ਦੇਖੋ ਕਿਆ ਬਾਤਾਂ ਹੈ ਸਿਆਲਾਂ ਦੇ ਵਿੱਚ 24 ਘੰਟੇ ਸਰਵਿਸ ਆ ਜੀ ਉਰੇ 24 ਘੰਟੇ ਘੁੰਮਦੇ ਨੇ ਘਰਾਟੇ ਪਾਣੀ ਨਾਲ 24 ਘੰਟੇ ਪਿਹਾਈ ਕਰਦੇ ਨੇ ਸੋ ਪਾਣੀ ਦਾ ਫੁੱਲ ਜਿਹੜਾ ਉਰੇ ਲਾਭ ਆ ਜਿਹੜਾ ਉਹ ਲਿਆ ਜਾਂਦਾ ਪੁਰਾਣੇ ਤਰੀਕੇ ਨਾਲ ਜਿਹੜਾ ਉਰੇ ਆਟਾ ਦੀ ਜਿਹੜੀ ਪਿਸਾਈ ਹੁੰਦੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਜੀ ਆਪਣਾ ਸ਼ਾਹਪੁਰ ਜੀ ਸ਼ਾਹਪੁਰ ਹਾਂਜੀ ਆਟਾ ਲੈਣ ਆਇਓ ਕਿ ਆਪਣਾ ਪਿਹਾਉਣ ਆਇਓ ਨਾ ਜੀ ਲੈਣ ਆਇਆ ਠੀਕ ਹੈ ਮੱਕੀ ਵੀ ਇਹਨਾਂ ਦੀ ਆ ਤੇ ਆਟਾ ਪੀ ਕੇ ਦਿੰਦੇ ਨੇ ਹਾਂਜੀ ਹਾਂ ਆਮ ਚੱਕੀ ਨਾਲੋਂ ਇਹ ਆਟੇ ਦਾ ਕੀ ਫਰਕ ਹੈ ਜੀ ਬਹੁਤ ਫਰਕ ਹੈ ਜੀ ਫਰਕ ਹਾਂਜੀ ਮਤਲਬ ਜਿਹੜੀ ਪਿੰਡਾਂ 'ਚ ਵੇਚਦੇ ਫਿਰਦੇ ਨੇ ਉਹਦਾ ਰੋਟੀ ਉਹਦੀ ਬਣਦੀ ਗੁਰਗਰੀ ਜੀ ਬਣਦੀ ਹੈ ਇਹਦੀ ਰੋਟੀ ਸਹੀ ਬਣਦੀ ਅੱਛਾ ਜੀ ਹਾਂਜੀ ਇਹ ਜਾਣੀ ਪਾਣੀ ਨਾਲ ਪਿਆਈ ਹੁੰਦੀ ਹਾਂਜੀ ਪਾਣੀ ਨਾਲ ਆਟੇ ਦੀ ਤਸੀਰ ਵੀ ਕਹਿੰਦੇ ਠੰਡੀ ਆ ਠੰਡਾ ਰਹਿੰਦਾ ਇਹਨੂੰ ਠੰਡੇ ਪਾਣੀ 'ਚ ਗੁੰਨੋ ਜੀ ਗਰਮ 'ਚ ਗੁੰਨੋ ਜਿਵੇਂ ਮਰਜ਼ੀ ਗੁੰਨੋ ਅੱਛਾ ਹਾਂ ਨਹੀਂ ਉਹ ਆਮ ਗਰਮ ਨਾਲ ਗੁੰਨਿਆ ਜਾਊਗਾ ਠੀਕ ਹਾਂਜੀ ਆਮ ਕਰਕੇ ਤਾਂ ਹੁਣ ਇਹ ਨੇੜੇ ਤੇੜੇ ਹੈ ਨਹੀਂ ਨਾ ਤੇ ਕਿਤੇ ਆਪਾਂ ਕਿਹੜੀ ਏਰੀਆ ਆਪਣਾ ਜ਼ਿਲ੍ਹਾ ਪਟਿਆਲਾ ਜੀ ਅੱਛਾ ਸਮਾਣੇ ਤਹਿਸੀਲ ਤੋਂ ਸਮਾਣੇ ਇੱਧਰ ਕੋਈ ਕੰਮ ਆਏ ਜੀ ਤੋਂ ਬੀਜ ਲੈਣ ਆਏ ਜੀ ਬੀਜ ਲੈਣ ਆਏ ਜੀ ਅੱਛਾ ਅੱਛਾ ਅਤੇ ਸੋਚਿਆ ਵੀ ਚਲ ਆਟਾ ਵੀ ਇਹੀ ਰਹਿ ਗਏ ਹੋਰ ਤਾਂ ਨੇੜੇ ਤੇੜੇ ਹੈਗੇ ਤਾਂ ਹੈਗੇ ਸੀ ਕਹਿੰਦੇ ਪੁਰਾਣੇ ਟਾਈਮਾਂ ਦੇ ਵਿੱਚ ਬੰਦ ਹੋ ਗਏ ਨਿਦਾਮਪੁਰ ਉਹ ਵੀ ਬੰਦ ਹੋ ਗਏ ਜੀ ਜਿਹੜਾ ਬੰਦਾ ਇਹਨਾਂ ਘਰਾਟਾਂ ਨੂੰ ਆਪਰੇਟ ਕਰਦਾ ਜਾਂ ਚਲਾਉਂਦਾ ਕਹਿੰਦੀ ਆਪਾਂ ਜੋ ਵੀ ਇੱਥੇ ਆਟਾ ਪੀਂਦਾ ਨਾ ਸਾਰਾ ਸਿਸਟਮ ਜਿਹੜਾ ਉਰੇ ਦਾ ਦੇਖਦਾ ਉਹ ਆਪਣੇ ਨਾਲ ਬੈਠਾ ਰਾਜੂ ਬਿਹਾਰ ਤੋਂ ਆ ਵੈਸੇ ਤਾਂ ਇਹ ਪਰ ਬੰਦਾ ਕਾਰੀਗਰ ਆਟਾ ਉੱਟਾ ਪੀਂਦਾ ਸੀ ਰਾਜੂ ਬਾਈ ਮਤਲਬ ਕਹਿਣ ਦਾ ਵੀ ਇਹਦਾ ਜਿਹੜਾ ਪਾਣੀ ਆਉਂਦਾ ਇਹ ਜੋ ਵੀ ਹੈ ਸਰਕਾਰੀ ਆ ਜਾਂ ਪ੍ਰਾਈਵੇਟ ਇਹਦਾ ਕੀ ਹਿਸਾਬ ਕਿਤਾਬ ਆ ਉਹ ਤੁਹਾਨੂੰ ਦੱਸ ਪਾਣੀ ਬਾਈ ਸਰਕਾਰੀ ਆ ਅੱਛਾ ਹਾਂ ਚੀਕੇ ਪਰ ਚੜ੍ਹਦੇ ਪਟਿਆਲੇ ਠੀਕ ਆ ਪਟਿਆਲੇ ਠੇਕੇ 'ਤੇ ਚੜ੍ਹਦੀ ਇਕੱਤੀ ਮਾਰਚ ਦੀ ਇਕੱਤੀ ਮਾਰਚ ਟੂ ਇਕੱਤੀ ਮਾਰਚ ਹਾਂ ਠੀਕ ਆ ਅਤੇ ਇਹਦਾ ਪਾਣੀ ਦਾ ਫਿਰ ਬਿੱਲ ਬੁੱਲ ਵੀ ਦਿੰਦੇ ਹੋ ਹਾਂਜੀ 5000 ਕਰੋ 5000 ਦਾ ਰੋਜ਼ ਹਾਂ ਜੀ 5000 ਰੁਪਇਆ ਰੋਜ਼ ਦਾ ਜਾਣੀ ਪਾਣੀ ਬੰਦ ਨਹੀਂ ਹੁੰਦਾ ਕਦੇ ਵੀ ਨਾ ਪਾਣੀ ਚੱਲਦਾ ਹੀ ਰਹਿੰਦਾ ਪਾਣੀ ਚੱਲੂਗਾ ਜਾਂ ਪੈਸੇ ਲੱਗੂਗਾ ਘਰਾਟ ਫਿਰ 24 ਘੰਟੇ ਚੱਲਦੇ ਆ ਹਾਂਜੀ ਰਾਤ ਦੇ 2 ਬੰਦੇ ਆ ਰਾਤ ਕੇ 2 ਬੰਦੇ ਦਿਨ ਕੇ 2 ਤੇਰੀ ਜੋਬ ਉਰੇ ਪ੍ਰਾਈਵੇਟ ਆ ਜਾਂ ਸਰਕਾਰੀ ਹੈ ਚੌਵੀ ਘੰਟੇ ਦਾ 5000 ਰੁਪਇਆ ਪਾਣੀ ਦਾ ਕਿਰਾਇਆ ਬਿਜਲੀ ਤਾਂ ਨੀ ਵਰਤਦੇ ਬਿਲਕੁਲ ਬਿਜਲੀ ਦਾ ਕੋਈ ਚੱਕਰ ਨਹੀਂ ਹੈ ਕਿੰਨੀ ਚੱਕੀ ਚੱਲਦੀਆਂ ਹਾਂਜੀ ਨਹੀਂ ਮਤਲਬ ਜਿਹੜੇ ਆਮ ਚੱਕੀਆਂ ਦਾ ਆਟਾ ਉਹਦੇ ਨਾਲੋਂ ਤੁਹਾਡੇ ਹਿਸਾਬ ਨਾਲ ਕੀ ਫਰਕ ਹੈ ਇਹਦੇ ਵਿੱਚ ਇਹ ਤਾਂ ਬਹੁਤ ਬੁਰਾ ਹੈ ਜੀ ਹਾਂ ਮੈਂ ਆਪਣੇ ਘਰੇ ਜਾਂਦਾ ਹਾਂ ਤਾਂ 10 ਦਿਨ ਦੀ ਰੋਟੀ ਆਪਣਾ ਚੰਦੀ ਚਾ ਅੱਛਾ ਨਹੀਂ ਲੱਗਦਾ ਅੱਛਾ ਜੀ ਕਣਕ ਦੇ ਆਟੇ ਦਾ ਵੇਨਾ ਹਾਂ ਨਹੀਂ ਕਣਕ ਮੰਨ ਲਓ ਵੀ ਫਿਰ ਤੁਸੀਂ ਆਪਣੀ ਕਣਕ ਦਾ ਪੀ ਕੇ ਦਿੰਦੇ ਹੋ ਜਾਂ ਲੋਕਾਂ ਦੀ ਆਉਂਦੀ ਹੈ ਜਿਹੜੀ ਕਣਕ ਨੂੰ ਪੀ ਲੋਕ ਵੀ ਜਾਂਦੀ ਹੈ ਆਪਣਾ ਵੀ ਪੀ ਸਕਦੇ ਠੀਕ ਹੈ ਵਜ੍ਹਾ ਵੀ
5000 रुपया किराया भाई आ पानी का रोज का जिहड़ा चल रहा। पांच हज़ार रुपया डेली का यदा किराया पानी का जिहड़ा ये वरत रहे ने। पानी सिर्फ चक्कियां दे विच हुंदी घूम के दोबारा फेर आ जिहड़ा ये पानी इधर सूए वल नूं जां नहर वल नूं चलिया जांदा। ये पानी की कीमत है भाई, ठीक है। पांच चक्कियां घुमाउंदा पंजे चक्कियां नूं लहदा लहदा पानी है जिहड़ा उरों जा। तुसीं सोच के देखो भी जे तरीके नाल कम करिया जावे तां किन्ना रुजगार पैदा हो जूगा जी, सोचण वाली गल। सारा कुछ यानी बिचे पानी बिचे जगह का रेंट। हाँ जी 5000 रुपया रोज का। ठीक है, मक्की वगैरह कणक वगैरह तुसीं फिर आप ही है कि रोज ही लेके आओगे? रोज ही लेके आओगे। गल बाबू दी भी सही आ, किराया लेना लो जो मर्जी करो पर घट्टो घट बिल्डिंग दा पूरी करके दे दो यार। आ शैड देख ला किवें बल खाधे पए ने शैड ने, है ना, ढहिया पिया थौं थौं तो यह जिउंदा होऊगा। सो ये चीज़ां ते यार ध्यान देण दी बहुत जरूरत आ। पुरानी बनी हुई बिल्डिंग है ना, ते किन्ने लोकां नूं होर जिहड़े खड़े ने इहदे नाल दे घराट जे चालू हो जाण किन्ने लोकां नूं रुजगार मिल जूगा, किन्नी नौजवानी फिरदी आ धक्के खांदी। सो अज दी वीडियो दे विच साडा ये छोटा जिहा उपराला तुहानूं किद्दां दा लग्गिया सानूं कमेंट करके जरूर दस दिओ जी। बाकी सारिआं दा बहुत बहुत धन्नवाद वीडियो देखण लई, रब रखा जी, अगली वीडियो दे विच फिर मिलांगे जी।